ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8420709817। ਸੋ ਅੱਜ ਦੀ ਵੀਡੀਓ ਵਿੱਚ ਇੱਥੇ 17-18 ਨਾਗ ਵੀਰ ਕੋਲ ਵਿਕਰੀ ਵਾਲੇ ਆ ਅਤੇ ਵਾਜਬ ਭਾਅ ਦੇ, ਜਿਵੇਂ ਹੁਣ ਮੰਨ ਕੇ ਚੱਲੋ ਵੀ ਆਪਾਂ ਨੂੰ ਪਤਾ ਕਣਕ ਦਾ ਸੀਜ਼ਨ ਵਾਢੀ ਦਾ ਆਉਣ ਲੱਗ ਗਿਆ ਅਤੇ ਮੌਸਮ ਦੇ ਵਿੱਚ ਤਬਦੀਲੀ ਆਉਣ ਲੱਗ ਗਈ, ਗਰਮੀ ਆਉਣ ਲੱਗ ਗਈ, ਸਾਰੇ ਗਰਮੀ ਦੇ ਅਕੋਰਡਿੰਗ ਦੇ ਵੀਰ ਕੋਲ ਸੌਦੇ ਆ। ਡਿਟੇਲ ਵੀਰ ਤਾਂ ਆਪਾਂ ਮੋਟੀ ਮੋਟੀ ਤੁਹਾਨੂੰ ਇਕੱਲੇ ਇਕੱਲੇ ਨਾਗ ਬਾਰੇ ਲੈ ਕੇ ਦੇਵਾਂਗੇ ਅਤੇ ਆਓ ਅੱਗੇ ਕਰੀਏ ਗੱਲਬਾਤ। ਨਾਗ ਸਾਰੇ ਆ, ਐਰ ਸੈਰ, ਗਰਲੈਂਡੋ, ਜਰਸੀ, ਐਚ ਐਫ, ਸਾਰੇ ਤਰ੍ਹਾਂ ਦਾ ਮਾਲ ਇੱਥੇ ਮਿਲੂਗਾ ਜਮਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਬਾਈ ਜੀ, ਨਾਮ ਐਡਰੈਸ ਦੱਸਿਓ ਆਪਣਾ। ਨਾਮ ਜੱਗੀ ਆ ਜੀ, ਪਿੰਡ ਕੋਠੇ ਗੁਰੂ ਰਾਮਦਾਸ ਨਗਰ ਆ ਜੀ, ਰੰਗੀਆਂ ਵਾਲੇ ਕੋਠੇ ਵੱਜਦੇ ਹੈਗੇ। ਜ਼ਿਲ੍ਹਾ ਬਰਨਾਲਾ ਪੈ ਗਿਆ? ਜ਼ਿਲ੍ਹਾ ਬਰਨਾਲਾ ਪੈਂਦਾ ਜੀ, ਆਪਾਂ ਨੂੰ ਬਰਨਾਲਾ ਸ਼ਹਿਰ ਹੀ ਆ ਜੀ, ਬਸ ਵੱਡੇ ਰੋਡ ਤੋਂ ਲੁਧਿਆਣਾ ਰੋਡ ਤੋਂ ਕਿਲੋ ਕੁ ਮੀਟਰ ਇੱਧਰ ਨੂੰ ਆ ਕੇ ਭੂਰੀ ਕੰਨੀ ਨੂੰ ਆਪਣੇ ਕੋਠੇ ਆ। ਮੋਬਾਈਲ ਨੰਬਰ ਆਪਣਾ 98153569107 ਜੀ। 98153569107। ਅੱਜ ਆਪਾਂ ਤੇਰੇ ਬਾਹਰ 10 ਨਾਗ ਖੜੇ ਗਿਣੀ ਜਾਂਦੇ ਪੂਰੇ ਇੱਥੇ। ਹਾਂ ਬਾਈ, ਆਪਣੇ ਕੋਲ 18 ਬੈੜਾ ਇਸ ਟਾਈਮ ਜਮਾ ਤਿਆਰ ਆ, 9-8 ਬੈੜਾ ਅੰਦਰ ਖੜੀਆਂ ਨੇ। ਠੀਕ ਹੈ, ਉਹ ਕੱਚੀਆਂ ਇੱਕ ਮਤਲਬ 3 ਮਹੀਨੇ ਦੀ ਗੱਭਣ ਬੱਚੀ ਆ। ਠੀਕ ਹੈ, 8 ਬੈੜਾ ਦੂਜੀਆਂ ਜਮਾ ਕੱਚੀਆਂ ਤਿਆਰ ਆ, ਕਿਉਂਕਿ ਥੋੜੀ ਵੀਡੀਓ ਲੰਮੀ ਹੋ ਜਾਂਦੀ ਆ, ਆਪਾਂ ਤਾਂ ਕਰਕੇ ਘੱਟ ਪਾ ਰਹੇ ਨੇ। 10 ਨਾਗ ਜਿਹੜੇ ਹਾਜ਼ਰੀ 'ਚ ਉਹ ਦਿਖਾਉਂਦੇ ਆ। 10 ਆਪਾਂ ਹਾਜ਼ਰੀ, ਉਹ ਵੀ ਹਾਜ਼ਰੀ ਨੇ ਬਾਈ ਜੀ, ਉਹ ਅੰਦਰ ਖੜੀਆਂ ਨੇ, ਉਹਨੇ ਜੇ ਆਪਾਂ ਮਗਰੋਂ ਵੀਡੀਓ 'ਚ ਝਲਕ ਮਰਵਾ ਦਾਂਗੇ। ਠੀਕ ਹੈ, ਪਹਿਲਾ ਨੰਬਰ ਜਿਹੜੀ ਆਪਾਂ ਵੈੜ ਦੇਖੀ ਜਾਂਦੇ ਆ, ਕਿਹੜਾ ਸੂਆ ਸੂਈ ਆ? ਸੂਆ ਪਹਿਲਾ ਹੈਗਾ ਜੀ, ਰਾਤ ਸੂਈ ਹੈਗੀ, 2 ਦੰਦ ਦਾ ਪਿਓਰ, 2 ਦੰਦ ਦਾ। ਹਾਂ ਜੀ, ਗਰਲੈਂਡੋ 'ਚ ਪੈਂਦੀ ਹੈਗੀ ਤੇ ਨੱਬ ਬਹੁਤ ਭੈੜਾ ਲੱਗਿਆ ਉਸਲੇ। ਮੈਂ ਕਿਹਾ ਬਾਈ, ਨੱਬ ਵੀ ਦੁੱਧ ਵੀ ਕੱਢੂਗੀ। ਠੀਕ ਹੈ, ਬੱਚਾ ਮੇਲ ਕਾਫ ਆ? ਹਾਂ ਜੀ, ਹਾਂ ਬੱਚਾ ਬਾਈ ਜੀ। ਜੇਰ ਜੂ ਰੋਕੇ ਆ? ਜੇਰ ਜੂ ਰੋਕੇ ਜਮ ਤੇ ਮੂੰਹ ਮੱਥਾ ਦੇਖੋ ਕਿਆ ਬਾਤਾਂ, ਤੇ ਸਾਰੇ ਭਾਂਤਾ ਮਿਲ ਜਾ ਗਏ ਜਣਾ ਬਾਈ। ਇਹਦੇ 'ਚ ਗਰਲੈਂਡੋ ਵੀ ਆ, ਠੀਕ ਹੈ, ਇਹਦੇ 'ਚ ਜਰਸੀ ਵੀ ਆ, ਇਹਦੇ 'ਚ ਸਾਹੀਵਾਲ ਵੀ ਆ, ਸਾਰਾ ਕੁਛ ਆ ਜਮਾ। ਹਾਂ, ਮਤਲਬ ਦੁੱਧ ਦਾ ਨਜ਼ਾਰਾ ਦੇ ਦੂ ਯਾਰ, ਗਰਮੀਆਂ ਦਾ ਤੋਹਫਾ ਜਮਾ। ਸੋ ਫਿਰ ਥਣ ਥੁਣ ਦੇਖੋ ਕਿਆ ਬਾਤਾਂ, ਮੋਟਾ ਗੁੱਲੇ ਵਾਲਾ ਥਾਣਾ ਤੇ ਜਮਾ ਕਿਆ ਬਾਤਾਂ, ਜਮਾ ਜਿਵੇਂ ਚਰਖਾ ਘੁੰਮਦਾ ਹੁੰਦਾ ਹੈ, ਘੁੰਮਦੀ ਫਿਰਦੀ ਆ, ਬੱਚਾ ਮੇਲ ਕਾਫ, ਜੇਰ ਜੂਰ ਜਮਾ ਡਨ। ਚਲ ਓਕੇ ਬਾਈ, ਹਰ ਇੱਕ ਚੀਜ਼ ਦੀ ਗਾਰੰਟੀ ਹੋ, ਜਿਹੜੀ ਚੀਜ਼ ਆਪਾਂ ਵੀਡੀਓ ਦੇ ਵਿੱਚ ਬੋਲਾਂਗੇ। ਠੀਕ ਹੈ, ਤੇ ਦੁੱਧ ਕਿੰਨਾ ਮੰਨ ਕੇ ਲਵੇ ਬੰਦਾ ਇਹਨੂੰ? ਦੁੱਧ ਬਾਈ ਜੀ 25 ਕਿਲੋ ਮੰਨ ਕੇ ਲੈ ਲੈ। ਮੰਨ ਕੇ ਚੱਲੀਏ ਵੀ 22 ਕਿਲੋ ਦੇ ਦੂਗੀ। ਮੈਂ ਕਿਹਾ ਬਾਈ ਯਾਰ, 25 ਦੇਊਗੀ ਇਹ, ਆਪਾਂ ਮੰਨਣ ਨੂੰ ਪਤਾ ਕੀ ਗੱਲ ਹੁੰਦੀ ਆ ਵੀਰੇ, ਜਿਹੜਾ ਦੁੱਧ ਹੁੰਦਾ ਉਹ ਕੇਅਰ ਦਾ ਹੁੰਦਾ, ਆਪਾਂ ਤਾਂ ਇਹਦੀ ਬਣਾਵਟ ਤੋਂ ਅੰਦਾਜ਼ਾ ਲਾ ਸਕਦੇ ਹਾਂ, ਇਹ ਕੋਰਾ ਕਾਗਜ਼ ਆ। ਜਾਇਜ਼ ਗੱਲ ਆ, ਇਹਨੂੰ ਜਿੰਨੀ ਖੁਰਾਕ ਪਾ ਲੈਣਗੇ ਉਨੀ ਵੱਧ ਜੂਗੀ। ਮੰਨ ਕੇ ਤੇਰਾ ਚੈੱਕ ਆ, ਚਾਹੇ 1 ਲੱਖ ਦਾ ਭਰ ਲਓ, ਚਾਹੇ 1000 ਦਾ ਭਰ ਲਓ, 1000 ਦਾ ਭਰ ਲਓ, ਇਹ ਆਪਦੇ ਡਿਪੈਂਡ ਆ, ਆਪਦੇ ਪਿੰਡ ਦੇ ਡਿਪੈਂਡ ਆ, ਆਪਦੇ ਘਰ ਦੇ ਡਿਪੈਂਡ ਆ, ਜਿਹੋ ਜੀ ਖੁਰਾਕ ਪਾਉਣੀ। ਜਾਇਜ਼ ਗੱਲ ਆ, ਭਾਅ ਇਹਦਾ ਕੀ ਹੋਊਗਾ? ਭਾਅ ਵੀਰ ਜੀ ਸਾਰਿਆਂ ਦੇ ਫੋਨ ਤੇ ਹੋਣਗੇ। ਜਾਇਜ਼ ਆ? ਜਾਇਜ਼ ਹੋਣਗੇ ਜਮਾ, ਤੁਸੀਂ ਆਪਣੀ ਦੂਜੇ ਚੀਜ਼ੇ ਦਿਨ ਵੀਡੀਓ ਪਾਉਂਦੇ ਹੋ, ਜਿਹੜਾ ਮਾਲ ਆਪਾਂ ਇੱਕ ਵਾਰੀ ਪਾ ਦਿੰਦੇ ਹਾਂ, ਦੁਬਾਰੇ ਆਪਾਂ ਨੂੰ ਪਾਉਣ ਦੀ ਲੋੜ ਨਹੀਂ ਪੈਂਦੀ। ਪਹਿਲੇ ਨੰਬਰ ਤੇ ਮੁੱਲ ਫੋਨ ਤੇ ਜਾਇਜ਼, ਬਿਲਕੁਲ ਜਾਇਜ਼, ਉਹ ਥਾਂ ਲੇਵਾ ਦਿਖਾ ਦਿਓ ਇਹਦਾ ਸਮਾਰ ਕੇ। ਸੋ ਲੇਵਾ ਦੇਖੋ ਜਮਾ ਕਿਆ ਬਾਤ ਆ, ਵੀਰ ਗਰਲੈਂਡੋ ਦੇ ਚਾਹ ਬਣਨੇ ਨਾ। ਠੀਕ ਆ, ਉਹ ਇਹਦੇ ਲਈ ਸੰਪਰਕ ਕਰ ਲੈਣ, ਸਾਰਾ ਕੁਝ ਇੱਥੇ ਬਹਿੜਾ ਆਪਣੇ ਹੋਰ ਵੀ ਆਈ ਜਾਂਦੀਆਂ ਹਨਾ। ਹਾਂ ਜੀ, ਹਾਂ ਵਾਧੂ ਬਾਈ ਬਹਿਣਾ, ਹੋਰ ਆਪਾਂ ਘਰੇ ਐ ਮੈਨੂੰ ਵੀ 10-15 ਬਹਿਣਾ ਆਪਣੇ ਕੋਲੇ ਹੋਰ ਆ ਜਾਣਗੇ ਗੱਲ ਤੇ। ਠੀਕ ਹੈ, ਜਿਹੜੀ ਆਪਾਂ 2 ਨੰਬਰ ਦੀ ਗੱਲ ਕਰੀ ਜਾਂਦੇ ਆ, ਇਹ ਕੱਚੀ ਆ ਜੀ, 15 ਦਿਨਾਂ ਦੀ, ਦੂਜਾ ਸੂਆ ਗਈ, ਦੂਜਾ ਸੂਆ 15 ਦਿਨ ਦੀ ਕੱਚੀ ਆ। ਹਾਂ ਜੀ, ਠੀਕ ਹੈ, ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਇਹਦਾ? ਦੁੱਧ ਬਾਈ ਜੀ 20 ਕਿਲੋ ਮੰਨ ਕੇ ਲੈ ਲਵੇ। ਜਾਇਜ਼ ਗੱਲ ਆ, 12 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆਗਾ, ਕੱਚੀ ਕੱਚੀ ਆ ਗੱਲੀ ਹਨਾ। ਬਸ ਕੱਚੀ ਕੱਚੀ ਆ, ਬਣਾਵਟਾਂ ਤਾਂ ਐਡੀਆਂ ਚੰਗੀਆਂ ਨੇ, ਬੋਡੀ ਵੇਟ ਐਡਾ ਚੰਗਾ ਬਹੁਤ ਜ਼ਿਆਦਾ। ਸੋ ਦੇਖੋ ਜਮਾ ਕਿਆ ਬਾਤ ਆ, ਪੋਲੀ ਪਾਲੀ ਬਹੁਤ ਆ ਤੇ ਮੂੰਹ ਮਤ ਦੰਦਾਂ ਜੀ ਹੋਊ ਮੇਰੇ ਹਿਸਾਬ ਨਾਲ ਹਨਾ, ਚੌਗੀ ਆ ਜੀ। ਸੋ ਮੂੰਹੋ ਚੌਗੀ ਕਿਆ ਬਾਤ ਆ, ਕਬੂਤਰੀਆਂ ਉੱਡਦੀ ਫਿਰਦੀ ਆ ਜਮਾ, ਜਿਵੇਂ ਗਰਮੀ ਆਉਣ ਲੱਗ ਗਈ ਹੁਣ ਟਾਈਮ ਕਬੂਤਰੀਆਂ ਦਾ ਉੱਡਣਾ, ਇਹਨਾਂ ਨੇ ਚੱਲਣਾ ਹੁਣ ਜਮਾ ਹਨਾ, ਇਹਨਾਂ ਨੇ ਚੱਲਣਾ ਬਾਈ, ਇਹੀ ਚੱਲਣ ਵਾਲੇ ਤੋਹਫੇ ਨੇ ਪੂਰੇ, ਜਿਵੇਂ ਹੁਣ ਫਰਿੱਜਾਂ ਤੇ ਏਸ਼ੀਆ ਦੀ ਸਰਵਿਸ ਹੋਣ ਲੱਗ ਗਈ, ਉਹ ਚੀਜ਼ਾਂ ਹਨਾ, ਇਹ ਉਹੀ ਚੀਜ਼ਾਂ ਨੇ ਬਾਈ ਜਮਾ। ਠੀਕ ਹੈ, 2 ਨੰਬਰ ਅੱਗੇ, 3 ਨੰਬਰ ਥੋੜਾ ਜਿਹਾ ਮੂੰਹ ਜਿਹਾ ਵਾਲਾ ਦਿਖਾਉਂਦੀ ਆ, ਥਣ ਘੱਟ ਦਿਖਾਉਂਦੀ ਆ ਇਹ। ਮੈਂ ਕਿਹਾ ਥਣ ਵੀ ਦੇਖੀ ਜਦੋਂ ਤੋਰੀ ਉਦੋਂ ਦਿਖਾਊਗੀ।
ਠੀਕ ਹੈ, ਸੂਆ ਕਿਹੜਾ ਸੂੰਦੀ ਹੈ ਇਹ? ਸੂਆ ਪਿਓਰ ਦੂਜਾ ਬਾਈ ਜੀ, 6 ਦੰਦ ਮੂੰਹ। ਦੂਜਾ ਸੂਆ ਡੱਬੀ ਆ ਗਈ ਜਮਾ। ਮੈਂ ਕਿਹਾ ਪ੍ਰਿੰਟਦਾਰ ਪੂਰੀ ਹੈ ਜਿਹੜੇ ਬੰਦੇ ਫਾਰਮ ਦੇ ਚਾਹ ਪਾਣ ਨੇ, ਠੀਕ ਹੈ, ਉਹ ਇਸ ਵੈਲ ਲਈ ਆਪਣੇ ਨਾਲ ਸੰਪਰਕ ਕਰ ਲੈਣ। ਇਹ ਨਾ ਤਾਂ ਬਾਹਲੀ ਵੱਡੀ ਐਚ ਐਫ ਆ ਗਈ, ਨਾ ਬਾਹਲੀ ਛੋਟੀ ਆ। ਨਾ ਬਾਹਲੀ ਛੋਟੀ ਆ, ਛੋਟੇ ਫਾਰਮਰਾਂ ਲਈ ਪੂਰੀ ਟੌਪ ਦੀ ਮੱਛੀ ਹੋਊ ਹੈ। ਠੀਕ ਹੈ, ਜਿਵੇਂ ਕਹਿੰਦੇ ਵੀ ਨਾ ਬੇਸਾਨਾ ਟੌਪ ਪਚਾਰ ਵਾਲਾ ਮਾਡਲ ਜਾ ਗਿਆ। ਓਕੇ ਆ ਬਾਈ ਜਮਾ, ਠੀਕ ਹੈ, ਇਹਨੂੰ ਚਾਹੇ 10 ਸੂਏ ਚੋ ਲੈਣ, ਇਹ ਮੱਛੀ ਬੁੜੀ ਨਹੀਂ ਹੁੰਦੀ, ਇੱਕ ਹੀ ਸਹਿਕਦੀ ਨਹੀਂ ਜਮੀ ਧੁੱਪੇ। ਹਨਾ ਹਾਂ, ਮਤਲਬ ਲੇਵਾ ਤਾਂ ਨਾ ਕਿਆ ਬਾਤ ਆ ਜਮਾ, ਜਿਹੜੀ ਤੂੰ ਕਹਾਵਤ ਪਾਉਂਦਾ ਹੁੰਦਾ ਵੀ ਘਰੂਟ ਭਰਦਾ, ਮਗਾ ਘਰੂਟ ਭਰਦਾ ਇਹਦੇ ਚ। ਤੇ ਦੂਜਾ ਦੁੱਧ ਕਿੰਨਾ ਦੇ ਦੂਗੀ ਵੀਰੇ? ਦੁੱਧ ਬਾਈ ਜੀ ਮਾਲਕ ਨੇ ਦੱਸਿਆ ਆਪਾਂ ਨੂੰ 28 ਕਿਲੋ ਪਲੂਣ ਦਾ ਦਿੱਤਾ ਹੋਇਆ। ਠੀਕ ਹੈ, ਆਪਾਂ 25 ਕਹਿ ਕੇ ਦੇ ਦਈਏ, ਆਪਾਂ 25 ਦੀ ਥਾਪ ਤੇ ਭੇਜ ਸਕਦੇ ਆ ਇਹਨੂੰ। ਤੀਜਾ ਨੰਬਰ 25 ਕਿਲੋ, ਚੌਥੇ ਨੰਬਰ ਤੇ ਐਰ ਸ਼ਹਿਰ ਆ ਗਈ। ਹਨਾ ਤੋਰ ਬਾਈ, ਐਰ ਸ਼ਹਿਰ ਵੀ ਤੋਰ, ਐਰ ਸ਼ਹਿਰ ਕਾਦੀ ਹੈ, ਕੀ ਬਾਤ ਆ ਜਮਾ ਯਾਰ। ਮੈਂ ਕਹਾਂ ਰਾਂਗੀ ਵਾਲਾ ਸਾਫ ਸੁਥਰਾ, ਹਨਾ ਵਾਲਾ ਚੰਗਾ ਯਾਰ, ਜਿਵੇਂ ਲਾਕਸ ਦੀ ਟਿੱਕੀ ਆਪਾਂ ਉਹ ਰੈਪਰ ਜੇ ਜੋ ਬਾਹਰ ਕੱਢ ਲੈਨੇ ਆ, ਉਹ ਚੀਜ਼ ਖੁਸ਼ਬੂ ਆਉਂਦੀ ਆ, ਉਹ ਚੀਜ਼ ਆ। ਹਨਾ ਤੇ ਸੂਆ ਕਿਹੜਾ ਸੁੰਦੀ ਆ ਇਹ? ਸੂਆ ਇਹ ਵੀ ਦੂਜਾ ਬਾਈ, ਦੂਜਾ ਸੂਆ ਸੁੰਦੀ ਆ। ਤੇ ਪੋਲੀ ਪਾਲੀ ਦਾ ਬਹੁਤ ਪਈਆ ਥੋੜੀ ਜ਼ਿਆਦਾ ਪੋਲੀ ਆ ਵੀਰੇ। ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ? 22 ਕਿਲੋ ਦਿੱਤਾ ਪਹਿਲਾਂ ਨੇ, ਠੀਕ ਹੈ, ਦੂਜਾ ਸੂਆ ਗਈ, ਮਤਲਬ ਗਰਮੀ ਦਾ ਤੋਹਫਾ ਗਈ ਯਾਰ। ਚਾਹੇ ਇਹਨੂੰ ਤੁਸੀਂ ਇੱਕ ਪਾਸੇ ਧੂਆਂ ਲਾ ਕੇ ਬੰਨਦੇ, ਉੱਥੇ ਵੀ ਨਹੀਂ ਹੌਂਕਦੀ ਇਹ। ਇਹ ਥੋੜਾ ਵਿੱਚ ਸਾਹੀਵਾਲ ਦਾ ਬਲਾਡਾ ਮਾੜਾ ਜਿਹਾ। ਹਨਾ ਹਾਂਜੀ, ਸਾਹੀਵਾਲ ਦਾ ਹੈਗਾ, ਕਿਉਂਕਿ ਐਰ ਸ਼ਹਿਰ ਜਿਹੜੀ ਹੁੰਦੀ ਹੈ ਜੀ ਉਹ ਸਾਹੀਵਾਲ ਨਾਲ ਹੀ ਕ੍ਰੋਸ ਹੁੰਦੀਆਂ ਨੇ, ਜਾਂ ਸਾਹੀਵਾਲ ਨਾਲ ਜਾਂ ਜਰਸੀ ਦਾ ਬਲਾਡਾ, ਜਰਸੀ ਦਾ ਹੁੰਦਾ। ਹਾਂ, ਇਹਦੇ ਵਿੱਚ ਸਾਹੀਵਾਲ ਦਾ ਬਲਾਡਾ ਆ ਗਿਆ, ਇਹਨੇ ਮੱਝ ਨੂੰ ਟੱਕਰ ਦੇਣੀ ਦੁੱਧ ਦੇ ਵਿੱਚ। ਮੈਂ ਕਿਹਾ ਜੀ ਇੱਕ ਪਾਸੇ ਜਿਹੜੀ ਅੱਜ ਮੱਝ ਆ ਗਈ, ਠੀਕ ਹੈ, 22-23 ਕਿਲੋ ਵਾਲੀ ਮੱਝ, ਤੁਸੀਂ ਐਂ ਮੰਨ ਲਓ ਵੀ 10.5 ਸਾਲ, ਸੋ ਠੰਡੀ ਸੀਲ ਦੇਖੋ, ਕੋਈ ਅੰਤ ਨਹੀਂ। ਹਨਾ ਮੈਂ ਕਿਹਾ ਯਾਰ ਜਿਵੇਂ ਮਰਜ਼ੀ, ਠੀਕ ਹੈ। ਤੇ ਕਿੰਨਾ ਦੁੱਧ ਮੰਨ ਕੇ ਚੱਲੇ? ਤੋ ਦੁੱਧ ਵੀਰੇ 22 ਕਿਲੋ ਮੰਨ ਕੇ ਲੈ ਲੈ, 22 ਕਿਲੋ, 4 ਨੰਬਰ ਵਾਲੀ, 4 ਨੰਬਰ ਵਾਲੀ ਗੱਲ ਹੈ। ਐਰ ਸ਼ਹਿਰ, ਐ ਸ਼ਹਿਰ ਚ ਪੈਂਦੀ ਹੈ ਕਿ ਜਾਈ ਜਿਹੜੀ ਇਹ ਜੈਨੂ ਮੱਛੀ ਆ ਗਈ, ਐ ਮੰਨ ਲਾ ਵੀ ਇਹ ਜਿਹਾ ਬੋਡੀ ਵੇਟ ਦਾ ਹੈ ਜਾ, ਠੀਕ ਹੈ, ਬੁੜੀ ਹੋਣ ਵਾਲੀ ਨਹੀਂ ਕਿਸੇ ਰੂਟ ਵੀ ਇਹ, ਠੀਕ ਹੈ। ਅੱਗੇ 5ਵਾਂ ਨੰਬਰ ਲਿਆ ਵੀ ਖੋਲ ਕੇ ਜਵਾਨਾ, ਲਿਆ ਮੱਛੀ ਕੱਢ ਕੇ ਪੁੱਤ ਬਾਰੇ, ਇਹ ਵੀ ਦੂਜਾ ਸੂਆ, ਦੂਜਾ ਸੂਆ, ਹਾਂਜੀ। ਕਿੰਨੇ ਦਿਨ ਲੈਂਦੀ ਹੈ ਇਹ? ਇਹਦਾ ਵੀ ਇੱਕ ਹਫਤਾ ਬਾਕੀ ਹੈ ਜੀ। ਤੇ ਜਿਵੇਂ ਜੇ ਕੀ ਆਪਾਂ ਦੇਖੀਏ ਨਾ, ਦੂਜਾ ਸੂਆ ਚੌਥਾ ਸੂਆ ਲੈਂਦੇ ਨਹੀਂ ਆਪਾਂ, ਕਿ ਆਪਾਂ ਚੌਥੇ ਨੂੰ ਦੂਜਾ ਕਹੇ, ਦੂਜਾ ਸੂਆ ਹੀ ਹੁੰਦੀਆਂ, ਚੌਥਾ ਸੂਆ ਜਿਹੜੀ ਅਸਲ ਗਾਂ ਗਈ ਨਾ, ਕਿਉਂਕਿ ਲੋਕ ਕੇਅਰ ਕੱਟ ਕਰਦੇ ਆ ਬਾਈ, ਠੀਕ ਹੈ, ਕਈ ਵੀਰ ਆਏ ਵੀ ਨਾ ਮੰਨਣ ਵੀ ਸਕੀਮਾਂ ਦੇ ਜਾਂਦੇ ਆ, ਠੀਕ ਹੈ, ਕਿਉਂਕਿ ਜਿਹੜੇ ਤੀਜੇ ਚੌਥੇ ਸੂਏ ਲੋਕ ਡੰਗਰ ਨੂੰ ਖੋਰ ਦਿੰਦੇ ਆ ਵੀਰੇ, ਜੈ ਜੈ ਗੱਲ, ਉਹ ਆਪਾਂ ਵਪਾਰ ਚ ਲੈਂਦੇ ਨਹੀਂ, ਆਪਾਂ ਵਪਾਰ ਚ ਲੈਂਦੇ ਨਹੀਂ, ਉਹ ਖੁਰੀਆਂ ਹੋਈਆਂ ਗਾਈਆਂ ਮੂਹਰੇ ਲਾਂਬੇ ਦਾ ਬਣਜ ਹੋ ਜਾਂਦਾ ਗਾ, ਜੈ ਜੈ ਗੱਲ ਆ ਜਮਾ। ਨਹੀਂ ਆਪਾਂ ਕਹਿ ਦਈਏ ਅਲੱਗ ਕੇ ਯਾਰ, ਇਹ ਦੋ ਗੱਪੀ ਇਕੱਠੇ ਹੋਏ ਫਿਰਦੇ ਆ। ਨਹੀਂ ਬਾਈ, ਨਹੀਂ ਨਹੀਂ ਇਹ ਨਹੀਂ ਗੱਲ, ਜਿਹੜੀ ਜਿੰਨੀ ਗੱਲ ਕਹਾਂਗੇ ਉਨੀ ਨਿਕਲੂਗੀ, ਠੀਕ ਹੈ, ਇਹ ਸਾਰੀਆਂ ਤੇ ਕੈਮਰਾ ਮਾਰਦੇ, ਜੇ ਕੋਈ ਤੀਜੇ ਸੂਏ ਵੀ ਲੱਗੇ ਤਾਂ ਵੀ ਆਪਾਂ ਨੂੰ ਬੰਦਾ ਕਮੈਂਟ ਕਰਕੇ ਦੱਸ ਸਕਦਾ ਵੀ ਆਹ ਤੀਜਾ ਸੂਆ ਲੱਗਦੀ ਆ ਬਾਈ। ਤੇ ਆਹ ਹੈਗੀ ਹੁਣ 1, 2, 3, 4, 5ਵੇਂ ਨੰਬਰ, ਹਨਾ, ਹਾਂਜੀ, ਇਹਦਾ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ? ਦੁੱਧ 20 ਕਿਲੋ ਮੰਨ ਕੇ ਲੈ ਲੈ ਬਾਈ, 5 ਨੰਬਰ ਦਾ 20 ਤੋਂ ਪਲੱਸ ਵਾਲੀਆਂ ਨੇ ਸਾਰੀਆਂ। 6ਵਾਂ ਨੰਬਰ ਫੇਰ ਦਰਮਿਆਨਾ ਕਦਗਾਠ ਆ ਗਿਆ, ਹਾਂ, ਇਹਦਾ ਕੱਦ ਦਰਮਿਆਨਾ ਗਾ, ਠੀਕ ਹੈ, ਕੱਚੀ 15 ਦਿਨਾਂ ਦੀ ਆ ਇਹ, ਝੋਲੀ ਵਾਲੀ ਜਿੰਗਰੀ ਫਿਰਦੀ ਆ, ਵਾਲੀ ਟੌਪਰ ਆ ਪੂਰੀ ਵੀਰੇ, ਠੀਕ ਹੈ, 27 ਨੰਬਰ ਦਾ ਟੈਗ ਬਾਈ ਫਿਰਦੀ ਆ, ਹਨਾ, ਹਾਂ ਵੀਰੇ। ਸੋ ਦੇਖੋ ਕੀ ਬਾਤ ਆ ਜਮਾ, ਤੇ ਆਹ ਤਾਂ ਜਮਾ ਗੁਣਾ ਦੀ ਗੁਥਲੀ ਹੈ ਜਮਾ, ਨਿੰਮ ਥੱਲੇ ਬੰਨਣ ਵਾਲੀ ਚੀਜ਼ ਹੈ, ਜਿਵੇਂ ਛੋਟਾ ਪਰਿਵਾਰ ਹੁੰਦਾ 3-4 ਜਣੇ, ਅੱਜ ਕੱਲ੍ਹ ਲੋਕ ਨਗਰੀ ਦੁੱਧ ਤੋਂ ਡਰਦੇ ਆ, ਹਨਾ ਯਾਰ, ਪਤਾ ਕੀ ਆਪਾਂ ਤਾਂ ਲੋਕਾਂ ਨੂੰ ਸ਼ਹਿਰ ਤੋਂ ਬਚਾਉਣਾ, ਬਸ ਅਸਲੀ ਦੁੱਧ ਪੀ ਲਓ ਜਮਾ, ਅਸਲੀ ਦੁੱਧ ਪੀ ਲਓ, ਮੱਝਾਂ ਲੈਣ ਦੀ ਬਸ ਦੀ ਗੱਲ ਨਹੀਂ ਰਹੀ ਹਰ ਇੱਕ ਬੰਦੇ ਦੇ, ਨਾ ਛੋਟੇ ਫਾਰਮਰ ਦੇ, ਨਾ ਛੋਟੇ ਜ਼ਿਮੀਂਦਾਰ ਦੇ, ਜੈ ਜੈ ਗੱਲ ਆ, ਮੱਝ 1.5 ਲੱਖ ਦੀ ਆ ਬਾਈ, ਕੁਝ ਵੀ ਲੈ ਸਕਦਾ, ਹਨਾ, ਜੈ ਜੈ ਗੱਲ ਆ, ਜਿਹੜੇ ਆਪਣੇ ਵਰਗੇ ਆਮ ਦਰਮਿਆਨੇ ਲੋਕ ਨੇ ਉਹਨਾਂ ਦੇ ਮੱਝਾਂ ਲੈਣ ਦੀ ਕੁਐਸਚਨ ਨਹੀਂ ਰਹੀ, ਹੁਣ ਮੱਝਾਂ 2.5 ਲੱਖ ਦੀ ਮੱਝ ਹੋਈ ਪਈ, ਜਮਾ ਹੋ ਗਈ ਬਈ, 1.5-2 ਲੱਖ ਦੀ ਮੈਂ ਹੋ ਗਈ, ਬਾਕੀ ਹੋਣੀ ਤਾਂ ਮੈਂ ਤਿਆਰ ਹੀ ਨਹੀਂ ਹੁੰਦੀ ਪਈ, ਤਿਆਰ ਹੀ ਨਹੀਂ ਹੁੰਦੀ, ਅਗਲਾ ਕਹਿੰਦਾ ਜਰ ਮੈਂ 2 ਵੇਚ ਕੇ ਇੱਕ ਤਾਜ਼ੀ ਲੈਣੀ ਆ, ਉਹਨਾਂ ਨੂੰ ਅਗਲਾ ਟੋਕਣਾ 2 ਵੇਚ ਦਿੰਦਾ, ਉਹ ਰਲਦੀਆਂ ਨਹੀਂ ਨਾਲ ਮੁੜ ਕੇ, ਕੱਟੀ ਪਾਲਣੋਂ ਹਟ ਗਏ, ਬਸ ਬਸ। ਤੇ ਅੱਗੇ ਆ ਗਈ 7ਵੇਂ ਨੰਬਰ ਤੇ, ਇਹ ਜਰਸੀ ਤੇ ਸਾਹੀਵਾਲ ਦਾ ਕ੍ਰੋਸ ਆ ਜੀ, ਸਾਹੀਵਾਲ ਦੇ ਗੁਣ ਥੋੜੇ ਜ਼ਿਆਦਾ, ਹਨਾ, ਹਾਂ ਸਾਹੀਵਾਲ ਜ਼ਿਆਦੇ ਆ ਗਈ, ਇਹ ਸੂਈ ਵੀ ਹੈ, ਨਹੀਂ ਗੱਬਣ ਆ ਜੀ, ਗੱਬਣ ਆ ਸਾਰੀਆਂ ਆਪਣੇ ਕੋਲ, 7ਵਾਂ ਨੰਬਰ ਗੱਬਣ, ਸਾਹੀਵਾਲ ਆ ਗਈ, ਹਨਾ, ਹਾਂ ਜੀ, ਲੇਵਾ ਜਰਸੀ ਵਾਲਾ ਆ ਗਿਆ, ਹਨਾ, ਲੇਵਾ ਜਰਸੀ ਵਾਲਾ ਆ ਗਿਆ ਜੀ,
ਠੀਕ ਹੈ, ਕਿੰਨਾ ਦੁੱਧ ਮੰਨ ਕੇ ਚੱਲੀਏ ਤੋਂ ਆਪਾਂ? ਦੁੱਧ 20 ਕਿਲੋ ਮੰਨ ਕੇ ਲੈ ਲਿਆ ਜੀ, 22 ਕਿਲੋ ਦੱਸਿਆ ਸੀ ਮਾਲਕ ਨੇ ਆਪਾਂ ਨੂੰ। ਠੀਕ ਹੈ, ਤੇ ਠੰਡੀ ਸੀਲ ਵਾਧੂ ਆ ਜਾਵਾਂ ਹਨਾ, ਜਿਵੇਂ ਮਰਜ਼ੀ ਬਾਈ ਥੱਲੇ ਉੱਤੇ ਲਿਟੀ ਜਾਵੇ ਬੰਦਾ, ਚਾਹੇ ਬਾਹਲੀ ਠੰਡੀ ਹੈ, ਮੂੰਹ ਹੀ ਦੱਸਦਾ ਜਾਵਾਂ ਕਿਆ ਬਾਤ ਆ ਹਨਾ, ਜਮਾਂ ਜਾਇਆ ਕਰਾਂ, ਠੰਡੀ ਠੁੰਡੀ ਬਹੁਤ ਆ ਜਮਾਂ ਕਿਆ ਪਤਾ। ਤੇ ਜਿਵੇਂ ਕਹਿੰਦੇ ਨੇ ਬੀਬਾ ਪੁੱਤ ਆ ਜਮਾਂ, ਵੀ ਸਿਆਣਾ ਜਵਾਕ ਆਖੇ ਲੱਗਦਾ, ਉਹ ਗੱਲ ਆ ਹਨਾ, ਉਹੀ ਗੱਲ ਆ ਜਮਾਂ ਜਮਾਂ ਆਖੇ ਲੱਗਦੀ ਆ ਹਨਾ। ਹਾਂ, 8ਵੇਂ ਨੰਬਰ ਤੇ ਸਾਈਵਾਲ ਤੇ ਜਰਸੀ, ਇਹ ਫੈਟ ਦੇਊ ਪੂਰੀ ਦੁੱਧ ਵਾਲੀ ਜਮਾਂ, ਪੂਰੀ ਟੌਪ ਦੀ ਵੀਰੇ। ਤੇ ਅੱਗੇ 9 ਨੰਬਰ ਦੇਖੀ ਯਾਰ, ਜਿਹੜੀ ਆਪਾਂ ਜਿਹੜੀਆਂ ਇਹ ਤਿੰਨੇ ਬਹਿਣਾ ਇਕੱਠੀਆਂ ਦਿਖਾ ਦੇ ਬਾਈ। ਠੀਕ ਹੈ, 1, 2, 3। ਠੀਕ ਹੈ, ਇਹ ਤਿੰਨੇ ਬਹਿਣਾ ਕੋਈ ਵੀ ਚਾਹਵਾਨ ਹੋਵੇ ਵੀਰ ਲੈਣ ਵਾਲਾ, ਠੀਕ ਹੈ, ਇਹ 30-30 ਹਜ਼ਾਰ ਦੀਆਂ ਆਪਾਂ ਤਿੰਨੇ ਹੀ ਦੇ ਦੇਵਾਂਗੇ। 30 ਹਜ਼ਾਰ ਦੇ ਭਾਣੋ, 30 ਹਜ਼ਾਰ ਦੇ ਭਾਣੋ 90 ਹਜ਼ਾਰ ਦੀਆਂ ਤਿੰਨੇ ਵੀਰ ਬਣ ਕੇ 29 ਹਜ਼ਾਰ ਵਾਲਾ ਆਪਾਂ ਨੂੰ ਫੋਨ ਨਾ ਲਾਵੇ, ਜਿਹਨੇ 30 ਖਾਤੇ ਚ ਪਾਉਣਾ ਹੋਇਆ ਇਹਨਾਂ ਦਾ ਉਸੇ ਫੋਨ ਲਾਵੇ। ਤਾਰਾ ਤੂੰ ਰੋਕ ਕੇ, ਮੈਂ ਕਿਹਾ 24 ਦੀਆਂ ਓਕੇ ਨੇ ਜਮਾਂ। ਠੀਕ ਹੈ, ਸੂਈਆਂ ਸਵਾਈਆਂ 30-30 ਹਜ਼ਾਰ ਦੇ ਭਾ, ਬਸ ਦੁੱਧ ਮੰਨ ਕੇ 15-15 ਲੈ ਲੇ। ਮੈਂ ਕਿਹਾ ਖੁੱਲਾ ਆਹ ਬੱਚੀ ਦਾ ਲੱਗਦਾ 14 ਕਿਲੋ ਦੁੱਧ ਤਿਆਰ ਆ ਵੀਰੇ। ਠੀਕ ਹੈ, ਸੋ 30-30 ਹਜ਼ਾਰ ਦੇ ਭਾ ਇਹਨਾਂ ਦੇ ਹਨਾ। ਹਾਂ, ਇਹਨਾਂ 30-30 ਹਜ਼ਾਰ ਦੇ ਭਾ, ਇਹਨਾਂ ਤਿੰਨਾਂ ਦੇ ਆ ਵੀਰ ਬਣ ਕੇ, ਦੂਜੀਆਂ ਦੇ ਨਾ ਸਮਝਣ ਬਾਈ। ਠੀਕ ਹੈ, ਸੂਈਆਂ ਸਵਾਈਆਂ ਦੇ, ਸੂਈਆਂ ਸਵਾਈਆਂ ਦੇ ਤਿੰਨਾਂ ਦੇ, ਸੂਈਆਂ ਵੀ ਹੈਗੇ 5-5 ਸਾਲ, ਇਹਦੇ ਮਗਰ ਬੱਚੀ ਆ, ਇਹਦੇ ਮਗਰ ਬੱਚਾ ਹੈਗਾ, ਹੈਗੀਆਂ ਹਫਤੇ ਹਫਤੇ ਖੜਦੇ ਸੂਈਆਂ, ਹਾਂ ਹਫਤੇ ਹਫਤੇ ਦੀਆਂ ਸੂਈਆਂ ਵੀ ਹੈਗੀਆਂ ਵੀਰੇ। ਨੰਬਰ ਬੋਲ ਜੀ ਆਪਣਾ, 98-153-6-107। ਤੇ ਜਿਹੜਾ 153-6-107 ਜਿਹੜਾ ਆ ਗਿਆ ਪਸ਼ੂ ਦੇ ਕੇ ਤੋਰਾਂਗੇ। ਮੈਂ ਕਿਹਾ ਜਮਾਂ ਬਾਈ ਆਪਣੇ ਕੋਲ 18-20 ਨਗ ਨੇ ਵੇਚਣ ਵਾਸਤੇ, ਕੋਈ ਇਹ ਤਾਂ ਨਹੀਂ ਗੱਲ 50-50 ਲੱਖ ਮੰਗੀ ਜਾਏਗਾ ਤੂੰ ਵੀਰੇ? ਕਿਉਂ ਮੰਗਣਾਗਾ, 4 ਗਾਹਕ ਵੱਧ ਆ ਜਾਣ ਭਾਰਾ ਹੋ ਜੇ। ਮੈਂ ਕਿਹਾ ਨਹੀਂ ਭਾਰੇ ਨਹੀਂ ਹੁੰਦੇ ਬਾਈ, ਸਗਾਂ 4 ਵੱਧ ਹੋਣਗੇ ਤਾਂ ਆਪਣੀ ਉਦੋਂ ਕੁਆਲਿਟੀ ਵੱਧ ਹੀ ਹੋਈ ਆ ਹਨਾ। ਜਾਇਜ਼ ਗੱਲ ਆ ਜੋ ਹੋਣੀ ਥੋੜੀ ਆ। ਸੋ ਜਾਇਜ਼ ਗੱਲ ਆ ਵੀਰ ਦੇ ਗੱਲਾਂ 'ਚ ਕਰੰਟਾ ਪਸ਼ੂ ਬਹੁਤ ਸਾਫ਼ ਸੁਥਰੇ ਦਿਖਾਤੇ, 98-153-6-107। ਕੋਈ ਵੀ ਨਗ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ। ਮੇਰਾ ਕੰਮ ਆ ਵੀਡੀਓ ਕਵਰ ਕਰਨਾ, ਨਿਰਖ ਪਰ ਕਾਬ ਕਰਨੇ, ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਕਿਸੇ